ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਗੌਰਵਜੀਤ। ਫਾਈਨਲੀ ਆਪਾਂ ਸਰਫੇਸ ਸੀਡਡ ਵੀਟ ਜਾਂ ਸਰਫੇਸ ਸੀਡਰ ਵਾਲੀ ਕਣਕ, ਉਹਦੇ ਝਾੜ ਦੇ ਨਤੀਜਿਆਂ 'ਤੇ ਪਹੁੰਚ ਚੁੱਕੇ ਹਾਂ ਅਤੇ ਉਸ ਵਿਸ਼ੇ ਦੇ ਉੱਪਰ ਚਰਚਾ ਕਰਾਂਗੇ। ਤਾਂ ਪਹਿਲਾਂ ਇੱਕ ਗੱਲ ਆਪਾਂ ਕਲੀਅਰ ਕਰ ਲਈਏ ਵੀ ਇੱਕ ਸਾਲ ਦੇ ਵਿੱਚ ਕਿਸੇ ਵੀ ਤਰੀਕੇ ਨੂੰ ਆਪਾਂ ਫੇਲ ਜਾਂ ਪਾਸ ਜਾਂ ਐਵਰੇਜ ਨਹੀਂ ਕਹਿ ਸਕਦੇ, ਕਿਉਂਕਿ ਬਹੁਤ ਸਾਰੇ ਨੁਕਤੇ ਹੁੰਦੇ ਨੇ ਕਿਸੇ ਵੀ ਤਰੀਕੇ ਨੂੰ ਕਾਮਯਾਬ ਅਤੇ ਕਿਸੇ ਵੀ ਤਰੀਕੇ ਨੂੰ ਫੇਲ ਕਰਨ ਦੇ ਵਿੱਚ। ਤਾਂ ਪਹਿਲਾਂ ਤਾਂ ਆਪਾਂ ਇਹ ਗੱਲ ਦਿਮਾਗ 'ਚ ਰੱਖ ਕੇ ਚੱਲੀਏ, ਬਈ ਨਾ ਮੈਂ ਇਸ ਤਰੀਕੇ ਨੂੰ ਪਾਸ ਕਹਿ ਰਿਹਾ ਹਾਲੇ, ਨਾ ਹਾਲੇ ਫੇਲ ਕਹਿ ਰਿਹਾ। ਸਿਰਫ ਅਤੇ ਸਿਰਫ ਇਹਦੇ ਜਿਹੜੇ ਨਤੀਜੇ ਨੇ, ਜਿਹੜੇ ਇਹਦੇ ਝਾੜ ਦੇ ਰਿਜ਼ਲਟਸ ਨੇ, ਉਹ ਆਪਾਂ ਡਿਸਕਸ ਕਰਾਂਗੇ। ਅਤੇ ਦੋ ਕਿਸਮਾਂ ਇਹਦੇ ਨਾਲ ਬੀਜੀਆਂ ਗਈਆਂ, ਇੱਕ DBW 327, ਦੂਸਰੀ DBW 303। ਅਤੇ ਬਿਜਾਈ ਵੇਲੇ ਹੀ ਦੋ ਗਲਤੀਆਂ ਸਾਡੇ ਤੋਂ ਹੋਈਆਂ, ਉਹਨਾਂ ਦੀ ਚਰਚਾ ਆਪਾਂ ਲਾਸਟ ਦੇ ਵਿੱਚ ਕਰਾਂਗੇ। ਉਸ ਤੋਂ ਪਹਿਲਾਂ ਆਪਾਂ ਝਾੜ ਡਿਸਕਸ ਕਰ ਲਈਏ ਇੱਕ ਵਾਰ। ਤਾਂ ਇਸ ਦੇ ਝਾੜ ਦੇ ਵਿੱਚ ਜਿੱਥੇ ਮੈਨੂੰ ਬਹੁਤ ਵਧੀਆ ਕਣਕ ਲੱਗੀ ਪੂਰੇ ਰਕਬੇ ਦੇ ਵਿੱਚੋਂ, ਜਿੱਥੇ ਆਪਾਂ ਨੇ ਇਹ ਬੀਜੀ ਸੀ, ਉਸ ਜਗ੍ਹਾ ਦੇ ਵਿੱਚੋਂ ਮੀਟਰ ਮੀਟਰ ਦੇ ਫਰਮੇ ਨਾਲ ਜਾਂ ਫਰੇਮ ਨਾਲ ਸੈਂਪਲ ਇਕੱਠਾ ਕੀਤਾ ਗਿਆ, ਜਾਂ ਬੱਲੀਆਂ ਆਪਾਂ ਤੋੜ ਕੇ, ਇਕੱਲੀ ਇਕੱਲੀ ਬੱਲੀ ਤੋੜ ਕੇ ਇਹਦਾ ਝਾੜ ਇਕੱਠਾ ਕੀਤਾ, ਤਾਂ ਕਿ ਇਹਦੇ 'ਚ ਗਲਤੀ ਦੀ ਕੋਈ ਗੁੰਜਾਇਸ਼ ਨਾ ਰਹੇ। ਤਾਂ ਇਹਦੇ 'ਚ ਦੋ ਜਗ੍ਹਾ ਤੋਂ ਆਪਾਂ ਸੈਂਪਲ ਲਿਆ, ਇੱਕ ਜਗ੍ਹਾ ਤੋਂ 817 ਗ੍ਰਾਮ ਅਤੇ ਦੂਸਰੀ ਜਗ੍ਹਾ ਤੋਂ 784 ਗ੍ਰਾਮ ਆਪਣੇ ਕੋਲ ਸੈਂਪਲ ਇਕੱਠਾ ਹੋਇਆ, ਇੱਕ ਸਕੁਅਰ ਮੀਟਰ ਜਾਂ ਇੱਕ ਵਰਗ ਮੀਟਰ ਦੇ ਵਿੱਚੋਂ। ਕੁੱਲ 1601 ਗ੍ਰਾਮ 2 ਮੀਟਰ ਏਰੀਏ ਦੇ ਵਿੱਚੋਂ ਸੈਂਪਲ ਹੋਇਆ। ਪ੍ਰਤੀ ਬੱਲੀ ਵਜ਼ਨ, ਜਾਣੀ ਇੱਕ ਬੱਲੀ ਦਾ ਵਜ਼ਨ ਕੱਢਿਆ ਜਿਹੜਾ, ਉਹ 2.84 ਗ੍ਰਾਮ ਨਿਕਲਿਆ। ਬੱਲੀ ਦੇ ਵਿੱਚੋਂ ਜਦੋਂ ਦਾਣੇ ਕੱਢੇ ਗਏ ਤਾਂ ਉਹ ਫੂਸ ਦਾ ਵਜ਼ਨ ਬਣਿਆ 544 ਗ੍ਰਾਮ। ਕੁੱਲ ਬੱਲੀਆਂ ਦੇ ਵਿੱਚੋਂ ਜਦੋਂ ਫੂਸ ਦਾ ਵਜ਼ਨ ਆਪਾਂ ਘਟਾ ਦਿੰਦੇ ਹਾਂ ਤਾਂ 1057 ਗ੍ਰਾਮ 2 ਮੀਟਰ ਸਕੁਅਰ ਦਾ ਆਪਣੇ ਕੋਲ ਭਾਰ ਆ ਗਿਆ। ਅਤੇ ਇੱਕ ਸਕੁਅਰ ਮੀਟਰ ਦਾ ਭਾਰ ਦਾਣਿਆਂ ਦਾ 528.5 ਗ੍ਰਾਮ ਆਪਣੇ ਕੋਲ ਨਿਕਲਿਆ। ਅਤੇ 4046 ਸਕੁਅਰ ਮੀਟਰ 1 ਕਿੱਲੇ ਜਾਂ ਏਕੜ ਦੇ ਵਿੱਚ ਹੁੰਦੇ ਨੇ। ਅਤੇ ਜਦੋਂ ਆਪਾਂ ਇਹਨੂੰ ਉਹਦੇ ਨਾਲ ਗੁਣਾ ਕਰਦੇ ਹਾਂ ਤਾਂ ਇਹ ਆਪਣੇ ਕੋਲ 21 ਕੁਇੰਟਲ 38 ਕਿੱਲੋ ਜਾਂ 53.45 ਮਣ, ਜਾਂ ਇਹਨੂੰ 53.5 ਮਣ ਆਪਾਂ ਮੰਨ ਸਕਦੇ ਹਾਂ, 1 ਕਿੱਲੇ ਦਾ DBW 327 ਦਾ ਝਾੜ ਆਪਣੇ ਕੋਲ ਆਇਆ। ਹੁਣ ਗੱਲ ਕਰਦੇ ਹਾਂ ਆਪਾਂ DBW 303 ਦੀ, ਜਿਹਦੇ ਵਿੱਚ 3 ਮੀਟਰ ਸਕੁਅਰ ਖੇਤਰ ਲਿਆ ਗਿਆ, ਜਾਣੀ ਕਿ 3 ਜਗ੍ਹਾ ਤੋਂ 1-1 ਮੀਟਰ ਏਰੀਏ ਦੇ ਵਿੱਚੋਂ ਬੱਲੀਆਂ ਤੋੜੀਆਂ ਗਈਆਂ। ਅਤੇ 2611 ਗ੍ਰਾਮ 3 ਮੀਟਰ ਸਕੁਅਰ ਖੇਤਰ ਦੇ ਵਿੱਚੋਂ ਆਪਣੇ ਕੋਲ ਕੁੱਲ ਭਾਰ ਆਇਆ। ਪੂਰੀਆਂ ਬੱਲੀਆਂ 1101 ਬੱਲੀ ਹੋਈ ਅਤੇ ਬੱਲੀ ਦਾ ਔਸਤ ਭਾਰ ਆਪਣੇ ਕੋਲ 2.37 ਗ੍ਰਾਮ ਆਇਆ। ਬੱਲੀਆਂ 'ਚੋਂ ਦਾਣੇ ਕੱਢਣ 'ਤੇ ਫੂਸ ਦਾ ਭਾਰ 887 ਗ੍ਰਾਮ ਲਗਭਗ, ਅਤੇ ਦਾਣਿਆਂ ਦਾ ਵਜ਼ਨ ਆਪਣੇ ਕੋਲ 1723 ਗ੍ਰਾਮ ਪ੍ਰਤੀ 3 ਮੀਟਰ ਸਕੁਅਰ ਦੇ ਵਿੱਚੋਂ ਪ੍ਰਾਪਤ ਹੋਇਆ। ਤਾਂ ਪ੍ਰਤੀ ਮੀਟਰ ਦਾਣਿਆਂ ਦਾ ਭਾਰ ਆਪਣੇ ਕੋਲ ਆਇਆ 574 ਗ੍ਰਾਮ ਪ੍ਰਤੀ ਮੀਟਰ ਸਕੁਅਰ। ਅਤੇ ਪੂਰੇ 1 ਏਕੜ ਦੇ ਵਿੱਚੋਂ ਇਸ ਹਿਸਾਬ ਨਾਲ 4046 ਮੀਟਰ ਨਾਲ ਜੇ ਆਪਾਂ ਇਹਨੂੰ ਗੁਣਾ ਕਰ ਦਈਏ ਤਾਂ 58 ਮਣ ਪ੍ਰਤੀ ਕਿੱਲਾ ਜਾਂ 23 ਕੁਇੰਟਲ 22 ਕਿੱਲੋ
ਕਣਕ ਦਾ ਝਾੜ ਨਿਕਲ ਕੇ ਆਪਣੇ ਸਾਹਮਣੇ ਆਇਆ। ਪ੍ਰਤੀ ਬੱਲੀ ਦਾਣੇ 67 ਦਾਣੇ ਪ੍ਰਤੀ ਬੱਲੀ 303 ਦੇ ਐਵਰੇਜ ਮੈਂ ਗਿਣੇ ਨੇ। DBW 303 ਦੇ ਵੱਡੀ ਬੱਲੀ ਦੇ ਵਿੱਚ ਵੱਧ ਤੋਂ ਵੱਧ ਦਾਣੇ ਮੈਂ 103 ਵੀ ਗਿਣੇ ਨੇ। ਅਤੇ ਆ ਸਰਫੇਸ ਸੀਡਡ ਦੀ DBW 303 ਦੀ ਬਿਜਾਈ ਦੇ ਵਿੱਚੋਂ ਹੀ ਆ ਇੱਕ ਬੱਲੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਤਾਂ ਇਹੋ ਜਿਹੀਆਂ ਬੱਲੀਆਂ ਵੀ ਬਹੁਤ ਸਾਰੀਆਂ ਦਿਖਾਈ ਦਿੱਤੀਆਂ ਨੇ, ਸਿਹਤਮੰਦ ਅਤੇ ਵੱਡੀਆਂ। ਅਤੇ ਹੁਣ ਆਪਾਂ ਪੂਰੇ ਦੜੇ ਦਾ ਝਾੜ ਦੇਖ ਲਈਏ, ਜਿੱਥੇ ਚੰਗੀ ਕਣਕ ਮਾੜੀ ਕਣਕ ਦੋਵਾਂ ਨੂੰ ਇਕੱਠਾ ਮਿਲਾ ਕੇ ਵੱਢਿਆ ਗਿਆ ਬਿਰਲੀ ਸੰਘਣੀ ਹਰ ਤਰ੍ਹਾਂ ਦੀ। ਤਾਂ ਇਹ 1112 ਮੀਟਰ ਖੇਤਰ ਦੇ ਵਿੱਚੋਂ 545 ਕਿਲੋ ਕਣਕ ਹੋਈ, ਪ੍ਰਤੀ ਮੀਟਰ ਭਾਰ 490 ਗ੍ਰਾਮ ਰਿਹਾ ਅਤੇ ਇਸ ਹਿਸਾਬ ਨਾਲ 1983 ਕਿਲੋ ਪ੍ਰਤੀ ਏਕੜ ਜਾਂ ਲਗਭਗ 20 ਕੁਇੰਟਲ ਪ੍ਰਤੀ ਏਕੜ, ਮਣਾਂ ਦੇ ਵਿੱਚ 49.5 ਮਣ ਪ੍ਰਤੀ ਏਕੜ ਇਹਦਾ ਝਾੜ ਰਿਹਾ। ਤਾਂ ਇਸ ਝਾੜ ਦੇ ਲਈ ਕੁਛ ਕੁ ਸਾਡੇ ਤੋਂ ਜਿਹੜੀਆਂ ਸ਼ੁਰੂ 'ਚ ਗਲਤੀਆਂ ਹੋਈਆਂ ਉਹਦੇ ਕਰਕੇ ਕਣਕ ਥੋੜ੍ਹੀ ਵਿਰਲੀ ਰਹਿ ਗਈ, ਜਿਹਦੇ 'ਚ ਅਸੀਂ ਪਰਾਲੀ ਨਹੀਂ ਹਿਲਾਈ, ਪਾਣੀ ਨਾਲ ਦੀ ਨਾਲ ਨਹੀਂ ਲਾਇਆ, ਜਿਹਦੇ ਕਰਕੇ ਬਹੁਤਾ ਬੀਜ ਵਿੱਚੋਂ ਸਾਡਾ ਕੁਛ ਖਰਾਬ ਵੀ ਹੋਇਆ ਅਤੇ ਬੀਜ ਗਲਿਆ ਵੀ ਹੈ। ਪ੍ਰਤੀ ਮੀਟਰ ਬੂਟੇ ਜਿਹੜੇ ਉਹ ਘੱਟ ਰਹੇ ਨੇ। ਕੁਝ ਬਿਜਾਈ ਸਾਡੀ ਇਹ 8 ਨਵੰਬਰ ਦੀ ਸੀ ਅਤੇ ਪਾਣੀ ਥੋੜ੍ਹਾ ਜਿਹਾ ਪਛੜ ਕੇ ਲਾਉਣ ਕਰਕੇ, ਕਿਉਂਕਿ ਪਹਿਲਾਂ ਅਸੀਂ ਇਹਦੀ ਪੁੰਗਰਨ ਉਡੀਕਦੇ ਰਹੇ ਕਿਉਂਕਿ ਥੱਲੇ ਵਾਹਣ ਗਿੱਲਾ ਦੀ, ਅਤੇ ਜਦੋਂ ਕੁਝ ਦਾਣੇ ਨਹੀਂ ਪੁੰਗਰੇ ਤਾਂ ਅਸੀਂ ਫਿਰ ਉਸ ਤੋਂ ਬਾਅਦ ਪਾਣੀ ਲਾਤਾ, ਜਿਸ ਕਰਕੇ ਜਿਹੜੇ ਪਹਿਲਾਂ ਪੁੰਗਰੇ ਹੋਏ ਬੀਜ ਤੇ ਉਹ ਗਲ ਗਏ ਜਾਂ ਖਰਾਬ ਹੋ ਗਏ। ਅਤੇ ਅੱਗੇ ਤੋਂ ਕੁਝ ਸਾਵਧਾਨੀਆਂ ਨਾਲ ਇਹਦੀ ਬਿਜਾਈ ਕਰਾਂਗੇ। ਬਾਕੀ ਘੱਟੋ ਘੱਟ 3 ਸਾਲ ਦੀ ਪਰਖ ਨਾਲ ਕਿਸੇ ਤਰੀਕੇ ਦਾ ਪਤਾ ਲੱਗਦਾ, ਬਾਕੀ ਤਜਰਬੇ ਨਾਲ ਬੰਦਾ ਸਿੱਖਦਾ ਅਤੇ ਸੁਧਾਰ ਕਰਦਾ। ਬਾਕੀ ਤੁਹਾਡਾ ਜੇ ਕਿਸੇ ਨੇ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੋਵੇ, ਕਿਹੋ ਜਿਹਾ ਐਕਸਪੀਰੀਅੰਸ ਰਿਹਾ ਉਹ ਜ਼ਰੂਰ ਸ਼ੇਅਰ ਕਰਿਓ ਜੀ। ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।